अल्कोहल कंजम्पशन इज इंजूरियस टू हेल्थ. शराब पीना सेहत के लिए हानिकारक है. हेलो जी, सवेर हो गई, चढ़ गया दिन, बड़ी देर हो गई. मैं कहा हेलो जी, सवेर हो गई, हाय चढ़ गया दिन, बड़ी देर हो गई. मेरे तनना दे विच नींद नहीं ओ पैंदी आ. उठो जी थोड़ी जान, उठो जी थोड़ी जान, गुड मॉर्निंग कहंदी आ. उठो जी थोड़ी जान, गुड मॉर्निंग कहंदी आ. उठ कोड़ो ना. ओ सो लैन दे यार, रात भी नहीं सुत्ता हैगा, 2 मिनट सो लैन दे. जल्दी उठो, तुसी ना तैयार होके ऑफिस जाना. ऑफिस ता जाना, 2 मिनट और सो लैन दे. तुसी एदा करो, मैं 2 मिनट च तुहाडे वास्ते गरम-गरम चाह लेके आई, फिर तुसी फिर उदन उठ. आए गरम-गरम चाह पीऊंगा. जाओ लेके आओ, चाह लेके आओ. वाहेगुरु. एडा दिन चढ़ाया, हले तक तू सपने वेखी जाना. वे पुत, सिर च पानी पा, तेनू होश आवे, है जाके कोई काम धंधा कर ले. ओहो बेबे, जे 2 मिनट ना आउंदी कि लोड़ा आ जाना सीगा, सारे सपने दा सत्यानाश करता. हाय ओए, सुरलीन इन्नी सोहनी चाह लैके आउण लगी सीगी, धर्म नाल इन्नी स्वाद चाह बनाउंदियां ना. तेरा बेजे बेड़ा तेरा, की पाव जहर बनाई फिरदियां दी. खंड दूध ते पत्ती पाई है और चाच की पाई. मर जाणगे, खंड दी जगह नून पाई फिरदियां, पी के वेख इहनू. बदमाशी रहन दियो, मुंडियो बदमाशी रहन दियो, बदमाशी का घर का खुआर दूर है. मेरी गल सुनो, हरे भी घर नूं मर जाओ. नहीं ऐसा सोनू गुरु मान चुके हैं भाने उस्ताद. उस्ताद? हाँ गुरु से क्लियर तो कोई गल नहीं. जब तुम उस्ताद मान लिया, बस गौरे दे बच्चे दो ही है. जान सार तुसी अगले दे गल पै जाओ. जी अगला गल पै जी, फिर अगले दे पैरी पै जाओ. चौखा जा कमाए करो. मैं करना च किसी दा कतल इथे. तुसी चलो डेरे ते, ओते झटका झुटका बनाउने आ. ठीक है, चंगा भाने उस्ताद. गाउंदे रहो. ਇਹਨਾਂ ਮੁੰਡੇ ਲਿਆਜ ਵੀ ਕਾਮਯਾਬ ਹੋਣਗੇ. ਇਹਨਾਂ ਨੂੰ ਪਤਾ ਵੀ ਸਟਾਰ ਦੇ ਪੈਰੀ ਹੱਥ ਲਾਉਣੇ ਆ. ਇਹ ਮੇਰੇ ਛਾਲੇ ਦੀ ਅੰਨ ਖਾਣੀ ਜਾਤ ਕਦੇ ਪੈਰੀ ਹੱਥ ਹੀ ਨਹੀਂ ਲਾਏਗੇ. ਇਹ ਬੰਦੇ ਉਸਤਾਦ, ਹਾਂ ਉਹ ਯਾਰ ਉਹ ਫਿਰ ਸੁਲੀਨ ਹੋ ਗਿਆ, ਬੜੀ ਸੋਹਣੀ ਲੱਗਦੀ ਆ ਧਰਮ ਨਾਲ. ਅੱਛਾ ਓਏ ਉਹ ਹੁੰਦੀ ਆ ਉਸਤਾਦ, ਉਹ ਦੇਖ. ਓਏ ਕੋਈ ਨਹੀਂ, ਆ ਜਾਣ ਦੇ. ਓਏ ਮੈਂ ਵੀ ਬਹੁਤ ਜ਼ਿਆਦਾ ਛੋਣਾ ਹੈ. ਓਰੇ ਮੇਰੇ ਮੈਂ ਪੁੱਤ ਲਸਕ ਸਾਪਣ ਵਾਲੇ ਪਏ ਆ, ਕਹਿੰਦੇ ਵੀ ਜੇ ਕਦੇ ਬਹਾਨਾ ਸਾਡੇ ਛਾਪਣ ਨਾਲੇ ਸਾਡੀ ਮਸ਼ਹੂਰੀ ਹੋ ਜੂ. ਓਏ ਮੈਂ ਛੋਣਾ ਹੀ ਪਾਵਾਂ. ਹੈ ਆਏ ਕਰੋ, ਤੁਸੀਂ ਖੜੋ ਇੱਥੇ, ਮੈਂ ਗੱਲ ਕਰਕੇ ਆਉਣਾ. ਚਾਚਰੀ ਕਿਆਰ ਚਰਜਿਆਰਨੀ ਜੀ, ਨਾ ਮੇਰੀ ਗੱਲ ਸੁਣੋ. ਕੱਲ ਮੈਂ ਤੁਹਾਨੂੰ ਮੈਸੇਜ ਕਰਿਆ ਸੀ, ਤੁਸੀਂ ਕੋਈ ਜਵਾਬ ਹੀ ਨਹੀਂ ਦਿੱਤੇ. ਵੇ ਕਿਹੜਾ ਮੈਸੇਜ? ਆ ਦੇਖ, ਆ ਦੇਖ,
ਇਹ ਮੈਂ ਵਟਸਐਪ ਤੇ ਭੇਜਿਆ ਸੀ ਚੀਚੋ ਚੀਚ ਗਨੀਰੀਆਂ ਦੋ ਤੇਰੀਆਂ ਦੋ ਮੇਰੀਆਂ ਮੈਨੂੰ ਇਹਦਾ ਜਵਾਬ ਚਾਹੀਦਾ ਮੇਰੇ ਵੱਲੋਂ ਜਵਾਬ ਹੈ ਜਵਾਬ ਨਹੀਂ ਹੈ ਲਿਖਣਾ ਜਵਾਬ ਚਾਹੀਦਾ ਮੇਰੇ ਵੱਲੋਂ ਠੋਕਣਾ ਜਵਾਬ ਹੈ ਲੈ ਉਸਤਾਦ ਕਰਾਤੀ ਲੱਸੀ ਓਏ ਲੱਛੀ ਤਾਂ ਕਰਾਉਣੀ ਆ 45 ਤਾਂ ਟੱਪਿਆ ਪਿਆ ਯਾਰ ਤੂੰ ਤਾਂ ਆਪਦੇ ਵਰਗੀ ਤੋਕੜ ਜੀ ਲੱਭ ਉਸਤਾਦ ਹੁਣ ਓਏ ਛਿਆਣਿਆਂ ਨੇ ਕਿਹਾ ਜੇ ਨਹੀਂ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੀ ਰੱਖਿਆ ਜਿਹੜੀ ਮੇਰੀ ਗੱਲ ਸੁਣ ਆਸ ਕੀ ਹੈ ਨਾ ਇਹ ਹੌਲੀ ਹੌਲੀ ਇਹਦੇ ਸਟੈਪ ਬਾਈ ਸਟੈਪ ਚੱਲਣਗੇ ਠੀਕ ਹੈ ਨਾ ਨਾਲੇ ਛੇੜੇ ਨੇ ਕਿਹਾ ਗਰਮੀ ਤੇ ਬੇਇੱਜ਼ਤੀ ਤਾਂ ਮੰਨਣ ਦੀ ਆ ਜਿੰਨੀ ਮੰਨ ਲਓਗੇ ਓਨੀ ਵੱਧ ਆਪਾਂ ਨਹੀਂ ਮੰਨਦੇ ਆ ਜੀ ਰੋਜ਼ ਵੀਡੀਓ ਪਾਉਂਦੇ ਮੈਂ ਤਾਂ ਕਈ ਕੁੜੀਆਂ ਨਾਲ ਡਿਊਟ ਵੀ ਕਰਦਾ ਕੀ ਆ ਮੇਰੀ ਕਿਸਮਤ ਖੁੱਲ ਗਈ ਉਹ ਤੂੰ ਵਿਆਹ ਕਰਾ ਲਾ ਉਸਤਾਦ ਦਿਲਾਵਰ ਸਿੱਧੂ ਵਾਂਗੂ ਕੁਆਰਾ ਹੀ ਰਹਿਣਾ ਉਹ ਜਿਵੇਂ ਦਿਲਾਵਰ ਸਿੱਧੂ ਦੇ ਦਿਲ ਨੂੰ ਨੀ ਨਾ ਕੁੜੀ ਲੱਗੀ ਕੋਈ ਉਹਨੇ ਕੋਈ ਮੇਰੇ ਦਿਲ ਨੂੰ ਵੀ ਨਹੀਂ ਲੱਗੀ ਲੱਗ ਗਈ ਉਹ ਮੇਰੇ ਦਿਲ ਨੂੰ ਹੈਪੀ ਓਏ ਹੈਪੀ ਜਾ ਕੇ ਇਹਦਾ ਨੰਬਰ ਲੈ ਕੇ ਆ ਕੋਈ ਗੱਲ ਨੀ ਭਾਨਿਆ ਲੈ ਆਉਣੇ ਇਹਦਾ ਵੀ ਨੰਬਰ ਪਰ ਤੂੰ ਤਾਂ ਉਹਨੂੰ ਦੇਖ ਕੇ ਟਿਊਨ ਹੀ ਚੇਂਜ ਕਰ ਗਿਆ ਹੋ ਮੇਰੇ ਨਹੀਂ ਦੇਖ ਕੇ ਹੱਸ ਕੇ ਗਈ ਆ ਬਦਮਾਸ ਬਣ ਬਦਮਾਸ ਉਹ ਠੀਕ ਆ ਭਾਨਿਆ ਕਿੱਡੀ ਗੱਲ ਹੈ ਹਾਂ ਜਾ ਲੈ ਕੇ ਆ ਨੰਬਰ ਲਿਆ ਏ ਆ ਆ ਐ ਤੇਰੀ ਤੇਰ ਦੇ ਛੇਦ ਕੇ ਭਾਨਾ ਛਾ ਇਹਨੂੰ ਤਾਂ ਨਾ ਰੱਬ ਨੇ 7-8 ਸਾਲ ਲਾ ਕੇ ਬਣਾਇਆ ਮੇਰੇ ਕਰਮਾਂ 'ਚ ਤੈਨੂੰ ਕਿਸੇ ਭਿਖਾਰੀ ਜਾਂ ਲੂਲੇ ਲੰਗੜੇ ਨਾਲ ਵਿਆਹ ਦੂੰ ਪਰ ਉਸ ਕੰਜਰਾਂ ਦੇ ਨਹੀਂ ਵਿਆਹੁੰਦਾ ਬਾਪੂ ਜੀ ਪਰ ਮੁੰਡੇ 'ਚ ਤਾਂ ਕੋਈ ਖਰਾਬੀ ਨਹੀਂ ਨਾ ਮੁੰਡੇ 'ਚ ਨਹੀਂ ਖਰਾਬੀ ਉਹਦੀ ਮਾਂ 'ਚ ਆ ਮੋਟੀ 'ਚ ਬਸ ਆ ਗਈ ਸਮਝ ਬਾਪੂ ਜੀ ਜੇ ਅੱਜ ਮਾਂ ਚਾਹੁੰਦੀ ਹੁੰਦੀ ਤਾਂ ਨਾ ਉਹਨਾਂ ਨੇ ਮੇਰੀ ਕੋਈ ਗੱਲ ਮੋੜਨੀ ਨਹੀਂ ਸੀ ਓ ਨਹੀਂ ਓ ਪੁੱਤਰਾ ਮੈਂ ਤੇਰਾ ਭਲਾ ਹੀ ਚਾਹੁੰਦਾ ਪੁੱਤ ਮੈਂ ਤੇਰਾ ਕੋਈ ਬੁਰਾ ਨਹੀਂ ਚਾਹੁੰਦਾ ਪੁੱਤ ਉਹ ਪਰਿਵਾਰ ਤੇਰੇ ਲਾਇਕ ਨਹੀਂ ਪੁੱਤ ਪਰ ਬਾਪੂ ਜੀ ਇਹ ਤਾਂ ਆਪਣਾ ਆਪਣਾ ਨਜ਼ਰੀਆ ਤੁਸੀਂ ਇੱਕ ਵਾਰੀ ਠੰਡੇ ਦਿਮਾਗ ਨਾਲ ਸੋਚ ਕੇ ਤਾਂ ਦੇਖੋ ਠੀਕ ਹੈ ਪੁੱਤ ਮੈਨੂੰ ਮੌਕਾ ਦੇ ਵੈਸੇ ਕੁੜੀ ਠੀਕ ਹੀ ਕਹਿੰਦੀ ਹੈ ਚਲੋ ਵਿਆਹਣੀ ਤਾਂ ਕਿਤੇ ਪੈਣੀ ਆ ਆਪਾਂ ਨੂੰ ਅੱਗੇ ਜੇ ਖੁਸ਼ ਹੈ ਰੱਬ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਕਦੇ ਰਿਸ਼ਤੇ ਨੂੰ ਹਾਂ ਕਰਦੇ ਜਾਂ ਇਹਨੂੰ ਵੀ ਆਪਣੇ ਕੋਲ ਬੁਲਾ ਲੈ ਤੇਰਾ ਪੁੱਤਰਾ ਮੈਂ ਚੰਦਰਿਆ ਹੁਣ ਮੈਨੂੰ ਰਵਾ ਕੇ ਹਟੇਗਾ ਚੰਗਾ ਮੈਂ ਉਸ ਬੁੱਢੇ ਕੋਲ ਜਾਂਦੀ ਹਾਂ
ਤੇਰੇ ਵਾਸਤੇ ਉਹਦਾ ਰਿਸ਼ਤਾ ਮੰਗ ਕੇ ਆਉਂਦੀ ਹੈ ਕੁੜੀ ਦਾ ਅੱਜ ਮੈਂ ਹੁਣ ਖੁਸ਼ ਹੈ ਖੁਸ਼ ਹੈ ਚੱਲ ਬਾਬੂ ਆ ਬੇਬੇ ਤੈਨੂੰ ਟੱਕ ਭਰ ਕੇ ਹਾਂ ਵੀ ਗੁਰਗੇ ਰੋਟੀ ਨੀ ਬਣਾਈ ਤੂੰ ਓਹੋ ਤੈਨੂੰ ਮੈਂ ਕਿਹਾ ਮੈਂ ਖੇਤ ਜਾਣਾ ਸਪਰੇ ਕਰਕੇ ਆਉਣੀ ਆ ਤੂੰ ਦੱਸ ਅਜੇ ਰੋਟੀਆਂ ਹੀ ਨੀ ਲੰਘ ਜਾ ਅਜੇ ਤਾਂ ਗੁੱਸਾ ਕਰੀ ਬੈਠੀ ਕਮਲ ਗਏ ਮੈਂ ਤੈਨੂੰ ਕਹਿ ਤਾਂ ਦਿੱਤਾ ਵੀ ਮੈਂ ਜਾਊਂਗਾ ਉਹਨਾਂ ਦੇ ਘਰੇ ਮੈਨੂੰ ਖੇਤ ਜਾਇਆ ਉਹਦੇ ਸਪਰੇ ਕਰਕੇ ਫਿਰ ਆ ਕੇ ਫਿਰ ਮੈਂ ਤੇਰੀ ਖਾਤਰ ਮੈਂ ਉਹਨਾਂ ਦੇ ਘਰੇ ਜਾਊਂਗਾ ਹੁਣ ਰੋਟੀ ਬਣਾ ਮੇਰਾ ਪੁੱਤ ਫਿਰ ਮੈਂ ਲੇਟ ਹੋ ਜਾਊਂਗਾ ਜਾ ਮੇਰਾ ਪੁੱਤ ਬਣਾ ਰੋਟੀ ਮੈਂ ਖੇਤ ਜਾਣਾ ਬੀਬੀ ਕਿਹੜੀ ਬੀਬੀ ਆਪਣੇ ਘਰੇ ਭਾਈ ਸਰਦਾਰ ਜੀ ਮੈਂ ਚਾਹੁੰਦੀ ਆਪਣੇ ਬੱਚਿਆਂ ਦਾ ਵਿਆਹ ਹੋ ਜਾਵੇ ਬੱਚਿਆਂ ਤੋਂ ਵੱਧ ਕੇ ਮਾਂ ਬਾਪ ਲਈ ਹੋਰ ਕੋਈ ਖੁਸ਼ੀ ਨਹੀਂ ਹੁੰਦੀ ਨਾਲੇ ਮੇਰਾ ਇੱਕੋ ਇੱਕ ਪੁੱਤ ਹੈ ਹੋਰ ਤਾਂ ਕੋਈ ਮੇਰਾ ਸਹਾਰਾ ਨਹੀਂ ਮੇਰੇ ਪੁੱਤ ਦੀ ਖੁਸ਼ੀ 'ਚ ਮੇਰੀ ਖੁਸ਼ੀ ਬਹੁਤ ਖੁਸ਼ ਰੱਖੂਗਾ ਤੁਹਾਡੀ ਧੀ ਨੂੰ ਚਾਹੁੰਦਾ ਤਾਂ ਪਰ ਮੈਂ ਵੀ ਹਾਂ ਤਾਰੋ ਪਰ ਇੱਕ ਗੱਲ ਹੈ ਮੇਰੇ ਦਿਲ 'ਚ ਉਹ ਕਿਹੜੀ ਤੁਸੀਂ ਆਪ ਕਿਰਾਏ ਤੇ ਬੈਠੇ ਹੋ ਤੇ ਕਿੱਥੇ ਕਿੱਥੇ ਮੇਰੀ ਧੀ ਨੂੰ ਕਿਰਾਏ ਤੇ ਰੋਲੋਂਗੇ ਤੁਸੀਂ ਉਹ ਸਰਦਾਰ ਜੀ ਸਾਡਾ ਤਾਂ ਆਪਣਾ ਹੀ ਇੰਨਾ ਵੱਡਾ ਘਰ ਹੈ ਉਹ ਤਾਂ ਮੈਂ ਆਪਣੇ ਪੁੱਤ ਹੈਪੀ ਦੀ ਖਾਤਰ ਇੱਥੇ ਆ ਗਈ ਕਿਉਂਕਿ ਉਹ ਤੇਰੀ ਧੀ ਨੂੰ ਪਿਆਰ ਕਰਦਾ ਤੇ ਇਹ ਗੱਲ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਤੇ ਆ ਲੜਾਈ ਕਿਉਂ ਹੁੰਦੀ ਉਹ ਸਰਦਾਰ ਜੀ ਤੁਸੀਂ ਮੈਨੂੰ ਬੋਲਣ ਦਾ ਮੌਕਾ ਹੀ ਕਦੋਂ ਦਿੱਤਾ ਹੈ ਚਲੋ ਕੋਈ ਗੱਲ ਨਹੀਂ ਤਾਰੋ ਦੇਰ ਆਏ ਦਰੁਸਤ ਆਏ ਜਦੋਂ ਪ੍ਰਮਾਤਮਾ ਦੀ ਮਰਜ਼ੀ ਸੀ ਮੈਂ ਤਿਆਰ ਹਾਂ ਮੈਂ ਆਪਦੀ ਧੀ ਦੀ ਖਾਤਰ ਅਸੀਂ ਆਵਾਂ ਕੱਲ੍ਹ ਨੂੰ ਤੁਹਾਡੇ ਘਰੇ ਸਾਨੂੰ ਮਨਜ਼ੂਰ ਹੈ ਠੀਕ ਹੈ ਚੰਗਾ ਪੁੱਤ ਹੋਈ ਤੂੰ ਵਿਆਹ ਆਪਦੀ ਮਾਂ ਨੂੰ ਚਾਹ ਪਾਣੀ ਰੋਟੀ ਰੋਟੀ ਖਾ ਕੇ ਜਾਇਓ ਤਾਰੋ ਤੇ ਮੈਂ ਜ਼ਰਾ ਖੇਤ ਜਾਇਆ ਮੈਂ ਪੁੱਤ ਠੀਕ ਹੈ ਚੰਗਾ ਜੀ ਹਾਏ ਨੀ ਮੈਂ ਮਰ ਜਾ ਕਿੱਡੀ ਸੋਹਣੀ ਹੈ ਮੇਰੀ ਨੂੰਹ ਰਾਣੀ ਕਿਸੇ ਕਲੈਣੇ ਦੀ ਨਜ਼ਰ ਹੀ ਨਾ ਲੱਗ ਜੇ ਚੰਗਾ ਨੂੰਹ ਰਾਣੀ ਮੈਂ ਚੱਲਦੀ ਹਾਂ ਤਿਆਰੀਆਂ ਸ਼ਿਆਰੀਆਂ ਕਰਦੀ ਹਾਂ ਠੀਕ ਹੈ ਚੰਗਾ ਉਹ ਨਾ ਨਾ ਬਸ ਰਹਿਣ ਦੇ ਤੂੰ ਚੱਲ ਚੰਗਾ ਖੁਸ਼ ਰਹਿ
ਤੁਸੀਂ ਮੇਰੇ 2G ਹੋ। ਤੁਸੀਂ ਵੀ ਮੇਰੇ 2G ਹੋ। 2G ਤੇ 2G ਮਿਲ ਕੇ 4G ਹੋ ਜਾਂਦਾ। ਅੱਛਾ ਐਦਾਂ ਕਰ, ਮੈਨੂੰ ਨਾ ਫੋਨ ਲੈ ਦੇ, ਆਪਾਂ ਫਿਰ ਵਾਧੂ ਸਾਰੀਆਂ ਗੱਲਾਂ ਕਰ ਲਾਂਗੇ। ਉਹ ਫੋਨ ਵੀ ਲੈ ਦਿੰਦੇ ਆ, ਪਹਿਲਾਂ ਪਿਆਰ ਤਾਂ ਕਰ ਲਈਏ। ਹਾਏ ਮੈਂ ਮਰ ਜਾ, ਸੱਟ ਤਾਂ ਨਹੀਂ ਲੱਗੀ? ਉਹ ਨਹੀਂ ਲੱਗੀ, ਪੂਰੀ ਸਟੀਲ ਵੱਡੀ ਆ, ਦੇਖ ਲੈ ਚਾਹੇ। ਚੱਲ ਚੰਗਾ, ਹੁਣ ਮੇਰਾ ਬਾਪੂ ਡੀਕਦਾ ਹੋਣਾ, ਮੈਂ ਘਰ ਚੱਲੀ ਤੇ। ਚੱਲ ਠੀਕ ਹੈ, ਮੇਰੀ ਵੀ ਬੇਬੇ ਨਾ ਆਹ ਟਾਈਮ ਮੈਨੂੰ ਨਾ ਦੇਖੇ ਘਰ 'ਚ, ਉਹਦੇ ਵਿੱਚ ਲੂਣੇ ਜਿਹੇ ਲੜਨ ਲੱਗ ਜਾਂਦੇ ਨੇ। ਕੱਲ੍ਹ ਨੂੰ ਇਸੇ ਜਗ੍ਹਾ 'ਤੇ ਇਸੇ ਟਾਈਮ ਦੁਬਾਰੇ ਮਿਲਦੇ, ਠੀਕ ਹੈ? ਅਤੇ ਫੋਨ ਲਿਆਉਣਾ ਨਾ ਭੁੱਲਿਆ। ਪੱਕਾ? ਓਏ ਵਿਆਹ ਕਰਾਊਂਗਾ ਤਾਂ ਇਸੇ ਕੁੜੀ ਨਾਲ ਹੀ ਕਰਾਊਂਗਾ। ਮੇਰੀ ਗੱਲ ਸੁਣੋ, ਇਧਰੋਂ ਚਾਰੇ ਪਾਸੇ ਨਿਗਾਹ ਰੱਖਿਓ, ਠੀਕ ਹੈ ਨਾ? ਆਪਾਂ ਨੂੰ ਅੱਜ ਗੱਡੀ ਚਾਹੀਦੀ, ਕਾਲੇ ਰੰਗ ਦੀ ਗੱਡੀ ਖੜੀ ਹੈ ਨਾ, ਓਏ ਥੋੜੀ ਆ, ਮੈਨੂੰ ਵੀ ਭਾਨਾ ਸਿੰਘ ਭਗੌੜਾ ਕਹਿੰਦੇ ਆ। ਐਂ ਕਰ, ਤੂੰ ਮੂਹਰੇ ਚੱਲ 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 ਭੱਜ। ਓਏ ਫਿਰ ਲੈ ਗਿਆ ਕਈ ਵਾਰੀ ਅਗਲੇ, ਤੈਨੂੰ ਨਹੀਂ ਪਤਾ ਅੱਜ ਕੱਲ੍ਹ ਤਿਆਰ ਹੁੰਦਾ। ਫੜ ਲੈ ਅੰਕਰ, ਦੇਖ ਮੇਰੇ ਛਾਲੇ 'ਚ ਕਿੰਨੀ ਹੈ, ਫੜ ਲੈ ਫੜ ਲੈ ਤੁਹਾਨੂੰ। ਮੇਰਾ ਤਾਂ ਸਾਈਕਲ ਆ ਬਾਈ, ਤੂੰ ਜਾਨਾ ਕਿ ਮਾਰਾਂ ਗੋਲੀ। ਬੜਾ ਤੇਜ ਨਿਕਲਿਆ ਉਸਤਾਦ ਯਾਰ, ਇਕੱਲੇ ਨੂੰ ਛੱਡ ਗਿਆ ਤਾਂ ਬੰਦੇ ਹੀ ਭਲਾ ਮਾਨਸ ਜੀ ਨਹੀਂ ਘੁੱਟਦਾ। ਬਹੁਤ ਮੱਲਾ ਤੈਨੂੰ। ਮੈਂ ਤਾਂ ਆਪ ਕਹਿੰਦਾ ਤਾਰੋ, ਮੈਂ ਤਾਂ ਤੇਰੇ ਨਾਲੋਂ ਕਾਲਾ, ਪਰ ਕੱਲ ਦਾ ਹੀ ਵਿਆਹ ਰੱਖ ਲੈਨੇ ਆ। ਚੱਲ ਚੰਗਾ, ਮੈਂ ਤਿਆਰੀਆਂ ਕਰਦੀ ਆ, ਕੱਲ ਮਿਲਦੇ ਆ ਲੀਨ ਦੇ ਬਾਪੂ। ਮੈਨੂੰ ਫੜਾ ਦੇ, ਮੈਂ ਭਾਨਾ ਭਗੌੜਾ ਬਦਮਾਸ਼, ਚੁੱਪ ਕਰਕੇ ਕਾਰ ਦੀ ਚਾਬੀ ਦੇ ਦਿਓ। 12 ਮੁਲਖਾਂ ਦੀ ਪੁਲਿਸ ਮੇਰੇ ਪਿੱਛੇ ਲੱਗੀ ਆ, ਚਾਬੀ ਦੇ ਦਿਓ। ਕਿਹੜੀ ਚਾਬੀ? ਖੜ ਜਾ, ਫੋਨ ਆ ਗਿਆ, ਫੜੀ ਖੜੀ, ਦਬੂਕ ਤਾਂ ਲੈ, ਦਬੂਕ ਤਾਂ ਲੈ। ਹੈਲੋ, ਸਤਿ ਸ਼੍ਰੀ ਅਕਾਲ, ਹੈਪੀ ਸਰਨੀਲ ਨਾਲ ਮੰਗਣਾ ਕਰਾਈ ਜਾਂਦਾ। ਮੈਂ ਉਹਨਾਂ ਹੁਣ ਹੈਪੀ ਮੰਗਣਾ ਕਰਾਈ ਜਾਂਦਾ ਸਰਨੀਲ ਨਾਲ। ਤੂੰ ਕਾਰ ਖੋ ਕੇ ਆ ਜਾ, ਤੂੰ ਨਾਲ ਚੱਲ ਆ ਜਾ। ਸਪਨਾ ਉਹ ਤੂੰ ਤਾਂ ਫੜ ਲਈ ਬੇਬੇ। ਨਾਲੇ ਕਹਿੰਦੇ ਵਿਆਹ ਦਾ ਲੱਡੂ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ, ਕਿ ਸੱਚ ਹੈ? ਆਹੋ ਪੁੱਤ, ਇਹ ਲੱਡੂ ਖਾ ਕੇ ਪਛਤਾਉਣਾ ਹੀ ਪੈਂਦਾ, ਇਹ ਬਹੁਤ ਕਸੂਤਾ ਲੱਡੂ ਆ, ਅਸੀਂ ਤਾਂ ਖਾਧਾ ਹੋਇਆ। ਅੱਗੇ ਤੇਰੀ ਮਾਂ ਨੂੰ ਪੁੱਛ ਲਾ, ਕਿਉਂ ਕੁੜਮਣੀ ਕਰਦਾ ਜੀ ਦੁਬਾਰਾ ਖਾਣ ਨੂੰ? ਮੇਰਾ ਤਾਂ ਨਹੀਂ ਜੀ ਕਰਦਾ ਕੁੜਮਾ, ਜੇ ਤੇਰਾ ਜੀ ਕਰਦਾ ਤਾਂ ਤੂੰ ਖਾ ਲੈ। ਜੇ ਇੰਨੇ ਹੀ ਕਸੂਤਾ ਲੱਡੂ, ਫਿਰ ਮੈਂ ਕਹਿੰਦਾ ਬੇਬੇ ਰਹਿਣ ਹੀ ਦਿੰਦੇ ਆ, ਕਾਹਦੇ ਵਾਸਤੇ? ਓਏ ਬਹਿ ਜਾ ਪੁੱਤ, ਕਹਿਣ ਦੀ ਗੱਲ ਹੁੰਦੀ ਆ, ਖਾ ਲਾ ਖਾ ਲਾ। ਉਹ ਮੈਂ ਵੀ ਮਜ਼ਾਕ ਹੀ ਕਰਦਾ। ਲਾਲ ਬੁੱਲੀਆਂ ਗੁਲਾਬੀ ਗੋਰਾ ਰੰਗ ਵੇ, ਓ ਲਾਲ ਬੁੱਲੀਆਂ ਗੁਲਾਬੀ ਗੋਰਾ ਰੰਗ ਵੇ, ਸੁੱਚੇ ਮੋਤੀਆਂ ਦੇ ਨਾਲੋਂ ਚਿੱਟੇ ਦੰਦ ਵੇ,
ਬੇਬੇ ਮੈਂ ਸੁਰਲੀਨ ਨੂੰ ਘਰ ਦਿਖਾ ਲਿਆ। ਚੰਗਾ ਪੁੱਤ, ਤੂੰ ਲੀਨ ਨੂੰ ਘਰ ਵਿਖਾ ਕੇ ਆ। ਓ ਬੇਬੇ ਸੁਰਲੀਨ ਹੈ, ਸਿੱਖ ਲੈ ਨਾ। ਆਹੋ ਆਹੋ ਲੀਨ। ਹੋਰ ਸਰਦਾਰ ਜੀ ਠੀਕ ਹੋ? ਬਾਪੂ ਜੀ। ਹਾਂ ਪੁੱਤੋ, ਇਹ ਦੇਖੋ ਮੈਂ ਕਿੰਨੇ ਸੋਹਣੇ ਸੋਹਣੇ ਸੂਟ ਲੈ ਕੇ ਆਈ ਹਾਂ। ਇੱਕ ਆਹ ਮੈਨੂੰ ਸਾਰਿਆਂ ਤੋਂ ਪਸੰਦ ਆ। ਬਹੁਤ ਸੋਹਣੇ ਪੁੱਤ, ਬਹੁਤ ਸੋਹਣੇ। ਕੀ ਗੱਲ ਬਾਪੂ, ਤੁਸੀਂ ਖੁਸ਼ ਨਹੀਂ ਮੇਰੇ ਵਿਆਹ ਤੋਂ? ਮੈਂ ਬਹੁਤ ਖੁਸ਼ ਹਾਂ ਧੀਏ, ਪਰ ਤੈਨੂੰ ਕੀ ਦੱਸਾਂ ਪੁੱਤ, ਜਦੋਂ ਦੀ ਤੇਰੀ ਮਾਂ ਛੱਡ ਕੇ ਚਲੀ ਗਈ ਪੁੱਤ, ਇੱਕ ਤੇਰਾ ਹੀ ਤਾਂ ਸਾਰਾ ਸੀ ਮੈਨੂੰ ਪੁੱਤਰਾ, ਹੁਣ ਤੂੰ ਵੀ ਚਲੀ ਜਾਣਾ, ਮੇਰਾ ਇੱਥੇ ਕੌਣ ਹੈ ਪੁੱਤ? ਮੈਨੂੰ ਕੌਣ ਪਾਣੀ ਪੁੱਛਿਆ ਕਰੂ ਧੀਏ, ਕੌਣ ਚਾਹ ਪਿਆਊਗਾ ਸਵੇਰੇ ਉੱਠ ਕੇ? ਓਹੋ ਬਾਪੂ, ਮੈਂ ਕਿੰਨੀ ਕੁ ਦੂਰ ਜਾਣ ਲੱਗੀ ਹਾਂ, ਮੈਂ ਇੱਥੇ ਹੀ ਹਾਂ। ਤੁਹਾਡਾ ਜਦੋਂ ਦਿਲ ਕਰਿਆ ਕਰੂ ਤੁਸੀਂ ਮੈਨੂੰ ਆ ਕੇ ਮਿਲ ਜਾ ਕਰਿਓ, ਤੇ ਮੈਨੂੰ ਦੱਸ ਦਿਆ ਕਰੋ, ਮੈਂ ਮਿਲਣ ਆ ਜਾ ਕਰੂ ਤੁਹਾਨੂੰ। ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਪੁੱਤ, ਇਹ ਕਦੋਂ ਆਉਣ ਦਿੰਦੇ ਨੇ ਬਗਾਨੇ? ਬਸ ਤੁਸੀਂ ਦਿਲ ਛੋਟਾ ਨਾ ਕਰੋ, ਮੈਂ ਹੋਰ ਵੀ ਬੜਾ ਸਮਾਨ ਲੈ ਕੇ ਆਈ ਹਾਂ। ਆ ਜਾਓ ਆਪਾਂ ਦੋਵੇਂ ਦੇਖਦੇ, ਮੈਂ ਤੁਹਾਨੂੰ ਦਿਖਾਉਂਦੀ ਹਾਂ। ਭੁੱਖੇ ਤਾਂ ਇੱਥੇ ਮਰਦੇ ਸੀ, ਕਿਹੜੇ ਪਰੌਂਠੇ ਖਵਾਉਣਾ ਤੂੰ? ਉਹ ਉਸਤਾਦ ਤੇਰਾ ਐਡਾ ਵੱਡਾ ਨਾਂ ਗਾ, ਭਾਨਾ ਭਗੌੜਾ। ਉਸਤਾਦ ਕੋਈ ਚੱਜ ਦਾ ਕੰਮ ਕਰੀਏ, ਬੈਂਕਾਂ ਲੁੱਟੀਏ, ਕਤਲ ਕਰੀਏ, ਡਾਕੇ ਮਾਰੀਏ, ਕੋਈ ਚੱਜ ਦਾ ਕੰਮ ਕਿਉਂ ਨੀ ਕਰਦਾ ਉਸਤਾਦ? ਇੱਕ ਕੁੜੀ ਪਿੱਛੇ ਉਸਤਾਦ ਆ ਬੰਨੇ ਤੇਰੇ ਮੂਹਰੇ ਹੱਥ, ਯਾਰ ਮੇਰਾ ਹਿਸਾਬ ਕਰਦੇ ਤੇਰੇ ਪੱਲੇ ਕੁਛ ਹੈਗਾ? ਚੱਲ ਚੱਲੀਏ ਉਸਤਾਦ ਦਾ ਗਨਾਸਾ। ਕੀ ਭਾਨਿਆ, ਅੱਜ ਸ਼ਗਨਾਂ ਦਾ ਦਿਨ ਹੈ, ਕਿਤੇ ਕੋਈ ਪੰਗਾ ਪਾ ਦੇ। ਮੈਨੂੰ ਤਾਂ ਖੁਸ਼ੀ ਵਾਲੀ ਆ, ਮੈਨੂੰ ਜੀਤ ਨੇ ਸਾਰਾ ਸਮਝਾਤਾ ਵੀ ਅੱਜ ਕੱਲ ਨੂੰ ਤੇਰੇ ਚੇਲਿਆਂ ਦਾ ਵਿਆਹ ਹੋ ਰਿਹਾ। ਨਾਲੇ ਸਿਆਣਿਆਂ ਨੇ ਕਿਹਾ ਵੀ ਗੁਰੂ ਜਿਨ੍ਹਾਂ ਦੇ ਟੱਪੜੇ ਚੇਲੇ ਚੜ੍ਹ ਸਟੈਪ, ਚਲੋ ਜੋ ਕੁਛ ਹੋਣਾ ਸੀ ਹੋ ਗਿਆ। ਪਰ ਮੈਨੂੰ ਖੁਸ਼ੀ ਆ, ਮੈਂ ਰੋਟੀ ਪਾਣੀ ਖਾ ਲਿਆ, ਸਾਰਾ ਤੂੰ ਇੱਧਰ ਉਹਦਾ ਆਨੰਦ ਕਰਾਉਣ ਗਿਆ ਵਾ ਜੀ ਆਪਣਾ ਅਸ਼ੀਰਵਾਦ ਲੈ ਜਾ ਗਿਆ। ਸ਼ਗਨ ਦੇ ਭੁੱਲ ਹੀ ਗਿਆ, ਮੈਨੂੰ ਤਾਂ ਬਾਹਲੀ ਖੁਸ਼ੀ ਹੈ। ਤੂੰ ਸਿਆਣੇ ਨੇ ਸੱਚ ਕਿਹਾ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਟੱਪ, ਤੂੰ ਮੈਥੋਂ ਅੱਗੇ ਨਾ ਗਿਆ ਕੋਈ ਨੀ, ਫਿਰ ਵੀ ਮੈਨੂੰ ਖੁਸ਼ੀ ਆ ਰਿਹਾ। ਪਰ ਟੁੱਟ ਗਿਆ ਚੱਕ ਦਿਆ
ਮੇਰੇ ਨਾਲ ਇੱਕ ਵਾਅਦਾ ਕਰੋ। ਹੁਣ ਕਿਹੜਾ ਵਾਅਦਾ ਕਰਨਾ? ਕਰੋ ਤਾਂ ਸਹੀ ਕਿ ਇਸ ਰਿਸ਼ਤੇ ਦੀ ਮਿਠਾਸ ਨੂੰ ਤੁਸੀਂ ਕਦੇ ਵੀ ਫਿੱਕੀ ਨਹੀਂ ਹੋਣ ਦਿਓਗੇ। ਮੈਂ ਤੇਰੇ ਨਾਲ ਵਾਅਦਾ ਕਰਦਾ ਮੈਂ ਕਦੇ ਇਸ ਮਿਠਾਸ ਨੂੰ ਫਿੱਕੀ ਨਹੀਂ ਹੋਣ ਦਊਂਗਾ। ਉਹ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਤੇਰੇ ਵਰਗਾ ਜੀਵਨ ਸਾਥੀ ਮਿਲਦਾ ਹੈ। ਤੇ ਇੱਕ ਗੱਲ ਹੋਰ, ਤੁਸੀਂ ਮੈਨੂੰ ਸ਼ਿਮਲੇ ਘੁਮਾਉਣ ਵਾਸਤੇ ਲੈ ਕੇ ਜਾ ਰਹੇ ਹੋ। ਉਹ ਸਵੇਰੇ ਹੀ ਚੱਲਦਾ ਸ਼ਿਮਲੇ ਘੁੰਮਣ ਵਾਸਤੇ, ਪਰ ਹੁਣ ਤਾਂ ਪੈਣਾ ਪੈਣਾ। ਉੱਠੋ ਜੀ ਤੁਹਾਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ। ਓਏ ਉੱਠਦੇ ਆ, ਉੱਠ ਜਾ ਉੱਠ ਜਾ, 10 ਮਿੰਟ ਹੋ, ਉੱਠ ਜਾ, ਸ਼ਿਮਲੇ ਨਹੀਂ ਜਾਣਾ। ਓ ਹਾਂ ਸੱਚ, ਸ਼ਿਮਲੇ ਵੀ ਜਾਣਾ। ਚਲੋ ਹੋਵੋ ਰੈਡੀ ਫਿਰ। ਸਸਿਕਾ ਬੇਬੇ ਜੀ। ਨਾਲੇ ਪੁੱਤ ਮੈਂ ਤਾਂ ਆਪਣਾ ਰੋਟੀ ਟੁੱਕ ਕਰ ਲੂ, ਪਰ ਤੇਰੇ ਬਾਪੂ ਨੂੰ ਕੌਣ ਦਊ ਰੋਟੀ ਪਾਣੀ? ਬੇਬੇ ਜੀ ਬਾਪੂ ਜੀ ਦਾ ਫਿਕਰ ਨਾ ਕਰਿਓ, ਮੈਂ ਬਾਪੂ ਜੀ ਨੂੰ ਫੋਨ ਕਰਤਾ ਸੀਗਾ, ਉਹ ਆਉਂਦੇ ਹੋਣਗੇ। ਸਹੀ ਗੱਲ ਹੈ ਬੇਬੇ, ਬਾਪੂ ਵੀ ਘਰ 'ਚ ਇਕੱਲਾ ਸੀ, ਇੱਧਰ ਤੂੰ ਵੀ ਘਰ 'ਚ ਇਕੱਲੀ ਸੀਗੀ, ਇਸ ਕਰਕੇ ਬਾਪੂ ਜੀ ਭੁੱਲ ਹੈ, ਉਹ ਆ ਗਏ ਬਾਪੂ ਜੀ ਵੀ। ਕਰ ਲਈ ਤਿਆਰੀ ਬਾਪੂ। ਹੋਰ ਵੀ ਮੇਰਾ ਬੱਚਾ ਕਿਵੇਂ ਹੈ? ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਠੀਕ ਹੋ? ਵਧੀਆ ਵਧੀਆ ਬਾਪੂ। ਤਿਆਰ ਹੋ ਤੁਸੀਂ? ਹਾਂ ਤਿਆਰੀ। ਜਾਇਓ ਕਰੋ ਇੰਜੋਏ ਭਾਈ। ਠੀਕ ਹੈ, ਤੁਸੀਂ ਆਪਣਾ ਖਿਆਲ ਰੱਖਿਓ ਘਰ ਦਾ, ਠੀਕ ਹੈ? ਕੋਈ ਗੱਲ ਨਹੀਂ, ਬੇਫਿਕਰ ਰਹੋ, ਘਰ ਦਾ ਖਿਆਲ ਮਾਪੇ ਰੱਖੂੰਗਾ, ਮਗਰ ਫਿਕਰ ਨਹੀਂ ਕਰਨਾ। ਮੈਂ ਪੁੱਤ ਧੀ ਦੇ ਕੇ ਪੁੱਤ ਲਿਆ, ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੇ ਨਾਲ ਰਿਸ਼ਤਾ ਜੁੜਿਆ ਮੇਰਾ। ਮੈਨੂੰ ਪੂਰਾ ਫਿਕਰ ਨਹੀਂ, ਤੁਸੀਂ ਮੇਰਾ ਫਿਕਰ ਕਰ ਦਿਓ। ਮੈਂ ਸਾਰੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਇਹ ਰਿਸ਼ਤੇ ਹੁੰਦੇ ਆ, ਇਹ ਬੜੇ ਪਵਿੱਤਰ ਹੁੰਦੇ ਆ, ਇਹਨਾਂ ਨੂੰ ਸਮਝਿਆ ਕਰੋ, ਇਹਨਾਂ ਦੀ ਕਦਰ ਕਰਿਆ ਕਰੋ। ਇਹ ਰਿਸ਼ਤੇ ਵਾਰ ਵਾਰ ਨਹੀਂ ਜੁੜਦੇ, ਵਾਰ ਵਾਰ ਨਹੀਂ ਮਿਲਦੇ, ਇਸ ਕਰਕੇ ਇਹ ਰਿਸ਼ਤਿਆਂ ਨੂੰ ਸਮਝੋ ਅਤੇ ਕਦਰ ਕਰੋ। ਧਿਆਨ ਨਾਲ ਜਾਇਓ। ਓਕੇ ਬਾਏ।